ਬਲਬੀਰ ਸਿੰਘ ਸੀਚੇਵਾਲ ਨੇ ਰਾਜਸਭਾ ਸੜਕਾਂ ਕੰਢੇ ਸਮਾਰਟ ਸਿਟੀ ਲੌਜਿਸਟਿਕ ਪਾਰਕ ਉਦਯੋਗ ਕਲਸਟਰ ਬਣਾਉਣ ਦੀ ਕੋਈ ਯੋਜਨਾ ਤਿਆਰ ਕਰਨ ਸਬੰਧੀ ਸਵਾਲ ਪੁੱਛਿਆ। ਕੇਂਦਰੀ ਸੜਕ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਦੇਸ਼ ਭਰ ਵਿੱਚ 35 ਮਲਟੀ ਮਾਡਲ ਲੌਜਿਸਟਿਕ ਪਾਰਕ ਬਣਾਉਣ ਦੀ ਯੋਜਨਾ ਹੈ। ਪੰਜਾਬ 'ਚ ਅੰਮ੍ਰਿਤਸਰ, ਜਲੰਧਰ ਅਤੇ ਗੁਰਦਾਸਪੁਰ ਵਿੱਚ ਯੋਜਨਾ ਸਬੰਧੀ ਸਰਵੇਖਣ ਪੂਰਾ ਹੋ ਚੁੱਕਿਆ ਹੈ। ਲੁਧਿਆਣਾ, ਸੰਗਰੂਰ ਅਤੇ ਪਟਿਆਲਾ 'ਚ ਜ਼ਮੀਨ ਲਈ ਰਾਜ ਸਰਕਾਰ ਨਾਲ ਗੱਲਬਾਤ ਜਾਰੀ ਹੈ। ਬਠਿੰਡਾ ਤੋਂ ਜਾਮਨਗਰ ਤੱਕ 28,000 ਕਰੋੜ ਰੁਪਏ ਦੀ ਲਾਗਤ ਨਾਲ ਐਕਸਪ੍ਰੈਸ ਹਾਈਵੇ ਬਣਾਇਆ ਗਿਆ, ਜਿਸ ਦੇ ਆਲੇ ਦੁਆਲੇ ਵੀ ਲੌਜਿਸਟਿਕ ਪਾਰਕ ਬਣਾਉਣ ਤੇ ਵਿਚਾਰ ਕੀਤਾ ਜਾ ਰਿਹਾ। ਸੜਕਾਂ ਦੇ ਕੰਢੇ 670 ਅਤਿ ਆਧੁਨਿਕ ਸਹੂਲਤਾਂ ਵਾਲੇ ਪਾਰਕ ਵਿਕਸਿਤ ਕਰਨ ਦੀ ਯੋਜਨਾ ਹੈ, ਜਿਨ੍ਹਾਂ ਵਿੱਚੋਂ 40 ਪੰਜਾਬ ਵਿੱਚ ਨੇ ਤੇ 7 ਦਾ ਸਰਵੇਖਣ ਮੁਕੰਮਲ ਹੋਣ ਤੋਂ ਬਾਅਦ ਅਗਲੇ ਪੜਾਅ ਦਾ ਕੰਮ ਜਾਰੀ ਹੈ, ਜਦਕਿ 33 ਥਾਵਾਂ ਤੇ ਪੜਾਅਵਾਰ ਢੰਗ ਨਾਲ ਯਤਨ ਕੀਤੇ ਜਾ ਰਹੇ ਨੇ। ਮਾਨਯ ਅਧਿਆਪਕ ਮਹੋਦਯ, ਟੋਟਲ ਦੇਸ਼ ਮੇ ਹਮ 35 मल्टी मॉडल लॉजिस्टिक पार्क MMLP बना रहे हैं। इसमें जोगी डोपा जो आसाम में, उसमें MMLP जो है वो मल्टी मॉडल है, यानी रोड भी है, हवाई जहाज एयरपोर्ट भी है, जलमार्ग भी है और उसके साथ रेलवे भी है। तो पंजाब में भी जो आदरणीय सदस्य जहाँ से आते हैं, नॉर्थ पंजाब में अमृतसर और जालंधर, गुरदासपुर, इसमें प्री फिजिबिलिटी स्टडी कम्प्लीट हुई है जिसका हम विचार कर रहे हैं।